ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਹੋਇਆ, ਇੱਥੋਂ ਦੇ ਪੰਜਾਬ ਦੇ ਲੋਕ ਤਾਂ ਸ਼ਾਇਦ ਭਾਵੇਂ ਇੰਨੇ ਦੁਖੀ ਨਾ ਹੁੰਦੇ, ਪਰ ਜਿਹੜਾ ਉਹਦਾ ਕੂੜ ਪ੍ਰਚਾਰ ਨਾ ਕਹਿੰਦੇ ਕੋਈ ਲੇਲਾ ਲੈ ਕੇ ਜਾ ਰਿਹਾ ਸੀਗਾ, ਅਤੇ ਉਹਨੂੰ ਜਿਹੜਾ ਕੋਈ ਰਸਤੇ ਮਿਲਿਆ, ਯਾਰ ਕੁੱਤਾ ਕਿੱਥੇ ਲੈ ਕੇ ਜਾ ਰਿਹਾ, ਕੁੱਤਾ ਕਿੱਥੇ ਲੈ ਕੇ ਜਾ ਰਿਹਾ, 10-15 ਨੇ ਕਹਿ ਦਿੱਤਾ, ਉਹਨੇ ਸੋਚਿਆ ਖੇਰ ਸੱਚੀ ਵਿੱਚ ਕੁੱਤਾ ਨੇ ਉਹਨੂੰ ਛੱਡ ਦਿੱਤਾ। ਸੋ ਇਸੇ ਤਰ੍ਹਾਂ ਲੋਕਾਂ ਦੇ ਦਿਮਾਗ 'ਚ ਗੱਲ ਪਾ ਦਿੱਤੀ ਗਈ, ਵਾਰ ਵਾਰ ਜਿਹੜੀ ਗੱਲ ਕਹੀ ਹੈ ਨਾ ਉਹ ਲੋਕਾਂ ਦੇ ਦਿਮਾਗ 'ਚ ਪੈ ਜਾਂਦੀ। ਹੁਣ ਬਰਗਾੜੀ ਮੋਰਚੇ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਆ ਮੈਦਾਨ 'ਚ, ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਲੋਕ ਹੁਣ ਸਮਝਦੇ ਆ ਬਰਗਾੜੀ ਮੋਰਚਾ ਆਪੇ ਲੁਹਾਤਾ ਅਤੇ ਆਪੇ ਹਟਾ ਦਿੱਤਾ, ਆਪੇ ਚੁਕਾ ਦਿੱਤਾ। ਲੋਕ ਸਮਝ ਗਏ ਆ ਕਿ ਇਹ ਕਾਂਗਰਸ ਦੇ ਪਿੱਠੂ ਨੇ, ਇਹ ਕਾਂਗਰਸ ਦੇ ਇੱਕ ਟੀਮ ਬਣ ਕੇ ਕੰਮ ਕਰ ਰਹੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਨੂੰ ਖੋਰਾ ਲਾ ਸਕੇ। ਇੱਕ ਅਫਸਰੀ ਕਰ ਲੈਣੀ ਜਾਂ ਜਰਨੈਲ ਬਣ ਕੇ ਉੱਥੇ ਫੌਜਾਂ ਚਲਾਉਣੀਆਂ ਉਹ ਅਲੱਗ ਚੀਜ਼ ਹੈ, ਪਰ ਲੋਕਾਂ ਦੇ ਵਿੱਚ ਵਿਚਰ ਕੇ, ਲੋਕਾਂ ਦੇ ਘਰਾਂ ਤੱਕ ਜਾ ਕੇ, ਲੋਕਾਂ ਐਨ ਥੱਲੇ ਪੱਧਰ ਤੱਕ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਬੜੀ ਔਖੀ ਹੁੰਦੀ ਹੈ। ਉਹ ਲੋਕ ਉਹਨੂੰ ਵੋਟ ਪਾਉਂਦੇ ਆ ਜਿਹੜਾ ਲੋਕਾਂ ਨੇ ਪਰਖਿਆ ਹੋਵੇ। ਅਜੀਤ ਵੈਬ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਅਮਰਜੀਤ ਸਿੰਘ ਸਡਾਨਾ। ਜਿਵੇਂ ਕਿ ਦਰਸ਼ਕਾਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ, ਐਲਾਨ ਤੋਂ ਬਾਅਦ ਵੱਖ ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਕਾਲੀ ਦਲ ਵੱਲੋਂ ਵੀ ਪਹਿਲਕਦਮੀ ਕਰਦੇ ਹੋਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹਨਾਂ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਸਾਡੇ ਨਾਲ ਮੌਜੂਦ ਹਨ ਬੀਬੀ ਜਗੀਰ ਕੌਰ ਜੀ, ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਉਹਨਾਂ ਦੀ ਕੀ ਤਰਜੀਹ ਰਹੇਗੀ, ਵੋਟਰਾਂ ਨੂੰ ਕਿਸ ਤਰ੍ਹਾਂ ਨਾਲ ਉਹ ਪਾਰਟੀ ਨਾਲ ਜੁੜਨਗੇ ਔਰ ਕੀ ਉਹਨਾਂ ਦੇ ਏਜੰਡੇ ਹਨ ਚੋਣ ਲੜਨ ਦੇ, ਉਸ ਸੰਬੰਧੀ ਗੱਲਬਾਤ ਕਰਾਂਗੇ। ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਜੀਤ ਵੈਬ ਟੀ ਵੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਜਿਹੜੀ ਚੋਣ ਲੋਕ ਸਭਾ ਤੋਂ ਤੁਸੀਂ ਖਡੂਰ ਸਾਹਿਬ ਤੋਂ ਲੜ ਰਹੇ ਹੋ, ਅਕਾਲੀ ਦਲ ਵੱਲੋਂ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਹੈ, ਕੀ ਏਜੰਡਾ ਪਾਰਟੀ ਦਾ ਰਹੇਗਾ ਇਸ ਚੋਣ ਦੇ ਵਿੱਚ ਤੁਹਾਡਾ? ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਦੇਖਿਆ, ਪੰਜਾਬ ਦੇ ਵਿਕਾਸ ਨੂੰ ਦੇਖਿਆ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਦੇਖਿਆ, ਅਤੇ ਦੇਸ਼ ਨੂੰ ਦੁਨੀਆ ਵਿੱਚ ਇੱਕ ਨਮੂਨੇ ਦਾ ਦੇਸ਼ ਹੋਵੇ, ਦੇਸ਼ ਦੀ ਸਰਹੱਦਾਂ ਦੀ ਕਿੱਦਾਂ ਪਰਿਪੱਕਤਾ ਹੋਵੇ, ਦੇਸ਼ ਦਾ ਵਿਕਾਸ ਕਿੱਦਾਂ ਹੋਵੇ, ਦੇਸ਼ ਦੇ ਵਿੱਚ ਨੌਜਵਾਨਾਂ ਦਾ, ਕਿਸਾਨਾਂ ਦਾ, ਵਪਾਰੀਆਂ ਦਾ ਕਿਸ ਤਰ੍ਹਾਂ ਖੁਸ਼ਹਾਲ ਜੀਵਨ ਹੋਵੇ, ਇਹ ਸਾਰੀਆਂ ਜਿਹੜੀਆਂ ਦੇਸ਼ ਦੇ ਹਿੱਤ ਦੀ ਗੱਲ ਹੈ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਹੈ, ਪੰਜਾਬ ਦੇ ਵਿਕਾਸ ਦੀ ਗੱਲ ਹੈ, ਪੰਜਾਬ ਦੇ ਕਿਸਾਨ ਦੀ ਗੱਲ ਹੈ, ਵਪਾਰੀ ਦੀ ਗੱਲ ਹੈ, ਨੌਜਵਾਨ ਦੀ ਗੱਲ ਹੈ, ਔਰਤਾਂ ਦੀ ਗੱਲ ਹੈ, ਇਹ ਸਾਰੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਲੜੀ ਹੈ। ਔਰ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਏਜੰਡਾ ਕਿ ਅਸੀਂ ਸਰਵਪੱਖੀ ਵਿਕਾਸ ਜਿਹੜਾ ਪੰਜਾਬ ਦਾ ਅਤੇ ਦੇਸ਼ ਦਾ ਹੋਵੇ, ਉਸ ਏਜੰਡੇ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ। ਕਾਂਗਰਸ ਸਰਕਾਰ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪੰਜਾਬ ਵਿੱਚ, ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਵੀ ਜੋ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਵਫਾ ਹੋਏ ਆ ਜਾਂ ਲੋਕ ਉਸ ਸਰਕਾਰ ਤੋਂ ਕਿਸ ਤਰ੍ਹਾਂ ਦਾ, ਲੋਕਾਂ ਦਾ ਜਿਹੜਾ ਵਿਊ ਹੈਗਾ, ਲੋਕ ਕੀ ਜਾਣਨਾ ਚਾਹੁੰਦੇ ਸਰਕਾਰ ਤੋਂ, ਕੀ ਨਹੀਂ ਹੋਇਆ? ਅਫਸੋਸ ਦੀ ਗੱਲ ਹੈ ਕਿ ਜਿਹੜੀ ਇਹ ਸਰਕਾਰ ਬਣੀ ਹੈ, ਜੋ ਇਹਨਾਂ ਨੇ ਗੱਲਾਂ ਕਹੀਆਂ ਸੀ, ਮੇਰਾ ਖਿਆਲ ਹੈ ਕਿ ਇੱਕ ਵੀ ਗੱਲ ਉਹਨੂੰ ਸ਼ੁਰੂ ਵੀ ਨਹੀਂ ਕੀਤੀ, ਪੂਰੀ ਤਾਂ ਗੱਲ ਵੱਖਰੀ ਗੱਲ ਹੈ, ਅਜੇ ਤੱਕ ਸ਼ੁਰੂ ਵੀ ਨਹੀਂ ਕੀਤੀ। ਇਹਨਾਂ ਨੇ ਜਿਸ ਤਰ੍ਹਾਂ ਕਹਿ ਦਿੱਤਾ ਸੀਗਾ ਲੋਕਾਂ ਨੂੰ ਕਿ ਅਸੀਂ ਹਰ ਕਿਸਾਨ ਦਾ ਕਰਜ਼ਾ ਮਾਫ਼ ਕਰ ਦਾਂਗੇ, ਜਿਹੜਾ ਕਿ ਪਤਾ ਹੀ ਸੀ ਲੋਕਾਂ ਨੂੰ ਕਿ ਨਾਮੁਮਕਿਨ ਹੈ, ਪਰ ਜਦੋਂ ਸ਼੍ਰੀ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਕੋਈ ਗੱਲ ਕਰੇ ਤਾਂ ਲੋਕ ਸੋਚਦੇ ਹੈ ਕਿ ਚਲੋ ਕੈਪਟਨ ਅਮਰਿੰਦਰ ਸਿੰਘ ਵੈਸੇ ਤਾਂ ਝੂਠ ਬੋਲ ਸਕਦੇ ਹੈ, ਪਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਗੱਲ ਕਹਿ ਰਹੇ ਆ, ਇਹਦਾ ਮਤਲਬ ਕੋਈ ਨਾ ਕੋਈ ਐਸਾ ਉਪਰਾਲਾ ਕਰਨਗੇ ਜਿਹੜਾ ਆੜ੍ਹਤੀਆਂ ਦਾ, ਸੁਸਾਇਟੀਆਂ ਦਾ, ਬੈਂਕਾਂ ਦਾ ਕਰਜ਼ਾ ਇੰਨੀ ਜ਼ੋਰ ਨਾਲ ਕਹਿ ਰਹੇ ਹੈ ਔਰ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਕਹਿ ਰਹੇ ਹੈ, ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ ਕਹਿ ਰਹੇ ਹੈ, ਇਹਦਾ ਮਤਲਬ ਇੱਕ ਸਿੱਖ ਜ਼ਿਆਦਾ ਇੰਨੀ ਗੱਲ ਬੜੀ ਪਰਪੱਕਤਾ ਨਾਲ ਜਿਹੜੀ ਕਰ ਰਹੇ ਹੈ, ਇਹਦਾ ਮਤਲਬ ਉਹਨਾਂ ਦੇ ਮਨ ਵਿੱਚ ਕੋਈ ਹੈ ਕਿ ਉਹ ਲੋਕਾਂ ਨੂੰ ਇਹ ਰਾਹਤ ਦੇਣਗੇ, ਅਤੇ ਕਿਸਾਨ ਇਸ ਕਰਕੇ ਭਰੋਸਾ ਕਰਕੇ ਕਿ ਐਫੀਡੈਵਿਟ ਭਰਾਏ ਹੈ ਅਤੇ ਉਹ ਮੰਨ ਗਏ ਇਸ ਗੱਲ ਨੂੰ। ਇਸੇ ਤਰ੍ਹਾਂ ਨੌਜਵਾਨ ਜਿਹੜਾ ਸੀਗਾ ਉਹਨਾਂ ਵਾਸਤੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਹਿਬ ਫੜ ਕੇ ਕਿਹਾ ਕਿ 55 ਲੱਖ ਘਰ ਜਿਹੜਾ ਪੰਜਾਬ ਦਾ, ਉਹਦੇ ਹਰ ਇੱਕ ਬੱਚੇ ਨੂੰ ਅਸੀਂ ਨੌਕਰੀ ਦੇਵਾਂਗੇ। ਲੋਕ ਗੁੰਮਰਾਹ ਹੋ ਗਏ, ਨੌਜਵਾਨਾਂ ਨੂੰ ਸੋਚਿਆ, ਚਲੋ ਹਰ ਪਰਿਵਾਰ ਨੇ ਸੋਚਿਆ, ਚੰਗੀ ਗੱਲ ਸੀ, ਅਸੀਂ ਕਹਿੰਦੇ ਕੋਈ ਗੱਲ ਨਹੀਂ, ਜੇ ਇਹਨੇ ਕਿਹਾ ਸੀਗਾ ਤਾਂ ਕਰਨੀ ਚਾਹੀਦੀ ਸੀ। ਨੌਜਵਾਨਾਂ ਨੇ ਸੋਚਿਆ ਬੇਰੁਜ਼ਗਾਰ ਹੈ, ਧੱਕੇ ਖਾਂਦੇ ਫਿਰਦੇ ਹੈ, ਰੋਟੀ ਮਿਲੇਗੀ ਅਤੇ ਅਸੀਂ ਕੋਈ ਗੱਲ ਨਹੀਂ, ਜੇ ਅੱਜ ਸਰਕਾਰ ਨੇ ਉਪਰਾਲਾ ਕਰਨ ਦੀ ਗੱਲ ਕੀਤੀ ਹੈ ਤਾਂ ਅਸੀਂ ਜ਼ਰੂਰ ਵੋਟ ਪਾਈਏ। ਅਤੇ ਇਸ ਕਰਕੇ ਇਹ ਸਾਰੀਆਂ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਸੀ ਉਹ ਸਰਕਾਰ ਨੇ ਚਲਾਇਆ, ਮਤਲਬ ਵੀ ਉਸ ਵੇਲੇ ਪਾਰਟੀ ਨੇ ਚਲਾਇਆ, ਲੋਕ ਵਿਸ਼ਵਾਸ ਕਰ ਗਏ। ਅੱਜ ਮਹਿਸੂਸ ਕਰਦੇ ਹੈ ਕਿ ਅਸੀਂ ਲੁੱਟੇ ਵੀ ਗਏ ਹਾਂ ਅਤੇ ਕੁੱਟੇ ਵੀ ਗਏ ਹਾਂ ਅਤੇ ਮਾਰੇ ਗਏ ਅਤੇ ਧੋਖੇ 'ਚ ਆ ਗਏ। ਸੋ ਇਸੇ ਕਰਕੇ ਜਿਹੜਾ ਅੱਜ ਦੇਖਦੇ ਹਾਂ ਜਿਹੜੇ ਸਾਡੇ ਈਵਨ ਜਿਹੜੇ ਪਹਿਲੇ ਮੁਲਾਜ਼ਮ ਹੈ ਉਹਨਾਂ ਉਹ ਵੀ ਰੋਟੀ ਤੋਂ ਇਸ ਵੇਲੇ ਆਵਾਜ਼ਾਰ ਹੋਏ ਪਏ ਹੈ। ਤੁਸੀਂ ਇਹ ਦੱਸੋ ਕਿ ਅੱਜ ਨਾ ਕਿਸਾਨ ਖੁਸ਼, 900 ਕਿਸਾਨ ਖੁਦਕੁਸ਼ੀ ਕਰ ਗਿਆ। ਉਹ ਇਸ ਕਰਕੇ ਨਹੀਂ ਕਰ ਗਿਆ ਕਿ ਕਿਸਾਨ ਬੁਜ਼ਦਿਲ ਹੈ, ਕਿਸਾਨ ਕਮਜ਼ੋਰ ਹੈ,
किसान तो एक अन्नदाता है, लोगों के ढिड भरता, लोगों को पालता, ये मजबूत एक इंसान है जिहड़ा कि रात के हनेरियां च ककरां च बर्फां च हर वेले मेहनत करके लोगों को रोटी कमा के दिंदा। पर दुख की गल है कि किसान महसूस करता है कि सानू इन्होंने झूठा लारा लाता, असी इन्हां दे उत्ते यकीन कर लिया, वह सोचते साडी जमीर नूं इन्हां ने हरा के रख दिता। मतलब गुमराह कौन प्रचार से असी आए क्यों, साडी जमीर मर गई साहब दे नाल के जदों इन्हां दे असी यकीन कर लिया। तो उन्होंने महसूस करते हैं कि इन्ना धोखा कि असी NP हो गए, कर्जा अज मंगण आउंदे आ बैंक वाले, बाहर आ के उन्होंने जलील कर देंगे कि बाहर खलो के तो इन्हां दे धरने देंगे। खडूर साहब लोग सभा हल्के तो तुहानूं अकाली दल उम्मीदवार लाने वा, 9 विधानसभा हल्के वो आते हैं, पर 9 दे विच किसी भी अकाली दल का विधायक नहीं है। तो इनू चुनौती कितना समझते हो, कि विधायक ना होने का भी नुकसान होंगे भी वोट न हासिल करना या वोटर तक राबता करना, ये मतलब नुकसान महसूस होंगे, कमी महसूस होंगी, इसनों किस तरह हैंडल करोगे? देखो मैं तो तुम पहले ही कहा कि लोग तो अज इन्ने फैडअप है, इन्ने दुखी है कि वह महसूस कर रहे हैं कि असी बहुत वड्डी भुल कर चुके हैं। तो जेडे MLA है वो आप कह रहे हैं कि साडा कोई मिनिस्टर नहीं सुनता, साडा कोई CM नहीं सुनता, सानू कोई मीटिंग नहीं लैंदा, साडी कोई गल नहीं पूरी होंदी। अज ते तुसीं देखो कुलबीर सिंह जीरे वाला MLA स्टेजा ते खलो के कह रहे हैं कि कोई अफसर साडी नहीं सुनता, DC साडी नहीं सुनता, सरकार साडी नहीं सुनता। सरदार गुरजीत सिंह राणे ने आप कहा सीगा भी आ देखो जी 36 महीने रह गए, उस वेले उन्हें कहा 36 महीने रह गए सरकार दे, असीं की करांगे, साडा कोई काम नहीं हुंदा, साडा SSP गल नहीं सुनता, DC नहीं सुनता। सो जे इन्हां दे लीडर कह रहे हैं, शमशेर सिंह दूलो प्रधान रहे हैं पंजाब कांग्रेस के, राज्यसभा दे विच रहे हैं, मैंबर रहे हैं, सो ओहो जी शख्सियत जिहड़ी कह रही है इत्थे मिनिस्टर रहे हुण, वह कह रहे हैं कि जिहड़े नशियां दी इन्हां गल कीती सी 4 हफ्ते च खत्म करांगे, वह कहिंदा अग्गे नूं 10 गुणा हो गया, विकास खत्म हो गया। उहदे लफ्ज़ है कि विकास ठप्प हो गया, लोग हाहाकार मची है, रुजगार किसी नूं दे नहीं सके, पंजाब के हालात बड़े तरसयोग बने हैं। सो जिहड़े MLA उहदे आप मतलब पिट से आप कर रहे हैं कि साढ़े पल्ले कुछ नहीं, अस करिए कि कोई ग्रांट नहीं दे सकते, कितने जाके काम नहीं कर सकते, लोगों को की जवाब देिए। सो जिहड़ा CM किसी मिनिस्टर नहीं मिलता, मिनिस्टर किसी MLA नहीं मिलता, तो की लोगों का विकास होगा? इस करके मैनू कोई चिंता नहीं, मेरे लोग जिहड़े सूझवान लोग सियाने है, वो अपना विकास चाहते है, वो अपनी रुजगार चाहते है, वो अपनी खुशहाली चाहते है, वो अपनी सुविधावान चाहते है, वो सारिया खत्म हो गई हैं, लोगों ने परख लिया गया। पंजाब सरकार जी बना के असी बड़ी वड्डी गलती की है, असी अपनी सरकार फिर श्रोमणी अकाली दल भारतीय जनता पार्टी बनाउणी है, और खास करके उपरली सरकार जिहड़ी है श्री नरेंद्र मोदी जी की स्ट्रोंग सरकार बने, भारत सरकार के बड़े अज लोगों के एक छाप है कि जे पंजाब का विकास कितने होया, इतिहासक 40,000 करोड़ रुपया सड़कों पर जो लगा, 4-लेन सड़क, फ्लाईओवर ब्रिज, 6-लेन सड़क, एयरपोर्ट, एम्स वर्गे हस्पताल, महाराजा रणजीत सिंह यूनिवर्सिटी, सेंट्रल यूनिवर्सिटी, मतलब जिन्हें भी आज विकास कपूरथले में ही जड़ी IIT बड़ी इंडस्ट्री इतने आई है, ITC कंपनी आई है, सो ये सारिया चीज़ा आदमपुर के एयरपोर्ट बनया, वड्डा एयरपोर्ट अमृतसर वड्डा एयरपोर्ट किया, इंटरनेशनल एयरपोर्ट मोहाली च बनाया, लुधियाने के डोमैसटिक, बठिंडे के डोमैसटिक, 4 जे वे प्रोजैक्ट बिजली के लाए, भावें तलवंडी साहब कर लो, राजपुरे कर लो, गोइंदवाल साहब कर लो, सारे जोड़े प्रोजैक्ट से सारे सेंटर तो लिया के। तुम्हें लगता भी कांग्रेस जो विधायक बागी सुर कर रहे हैं वह माझे फायदा होगा जिदा तुम दस रहे हो कुलबीर जीरा? मैं देखो वो भावें आप भी वो माड़े है, पर कम से कम सरकार की माड़ी कारगुजारी जी है वो लोगों से तो जा रही ना, लोगों से गल जा रही है, यदा मतलब भी ये वो नाकाम समझ रहे अपने आप को भी असं काम ही नहीं कर सकते, जो काम नहीं करेंगे तो लोग नहीं संतुष्ट होंगे, तो लोग टुट के फिर वापस आएंगे कि भाई असी बड़ी गलती कर ली। सो इस करके लोग जड़े इस वेले बिल्कुल मन बनाई बैठे है कि असी श्रोमणी अकाली दल भारतीय जनता पार्टी की फिर पंजाब च सरकार बनानी है, तो उपर NDA सरकार बना। माझे नूं लंबे समय तो यह जाने जाता भी पंथक हल्का, उहदे च दुआबे दे 2 हल्के लगते, ज़्यादा हल्के माझे दे लगते हैं, और पंथक वोट डिवाइड होने का कारण बन रहे टकसाली। दूसरे पास जसवंत सिंह खालड़ा की पत्नी परमजीत कौर खालड़ा ने भी टिकट दी गई है, तुहानूं नहीं लगता भी जी अकाली दल की वोट और पंथक वोट है यह डिवाइड होगी, वह नुकसान हो पार्टी? देखो जी श्रोमणी अकाली दल की वोटर है वह बहुत चंगी तरह जानता है कि श्रोमणी अकाली दल भारतीय जनता पार्टी का जो भी कोई नुमाइंदा बनता जां सरकार बनती है वह उन्हें सुनवाई करता। जिथे तक बीबी खालड़ा जी की गल है मैं सत्कार करती, देखो मैं किसी वैसे तो मैं किसी के भी नहीं खिलाफ़ बोलना चाहती,
मैं सत्कार इसलिए करती हैं कि उदे पति ने खालड़ा साहब ने बड़ी कुर्बानी की है, बड़ा उस वे नौजवानों की आवाज़ उठाई है। तो बीबी जी एक घरेलू औरत होने के नाते भी उन्होंने बड़ी पीड़ा चली है, उन्होंने दुख चलिया उसके वियोग दे विच उन्होंने अपनी जिंदगी निभा रहे हैं। मैं उन्होंने खिलाफ़ कुछ नहीं कहना क्योंकि मैं उन्होंने सत्कार करती तो फिर भी करा कोई ऐसी गल नहीं, पर गल यह है कि समाज में उन्होंने काम आना, उन्होंने दुखा तकलीफा के काम आना साडा सारे का फर्ज बनता है क्योंकि उन्होंने बहुत जोखम चलिया। पर जे असी देखिए कि अज जड़े उन्होंने खड़े करने वाले है वह कौन है, सरदार सुखपाल सिंह जिहड़ा 30 साल उस सरकार दे नाल रहा, उस पार्टी नाल रहा, जिस पार्टी ने इन्हां नूं कुट्टे, जिन्हां लोकां ने शहीद किए और बेअंत सिंह की तस्वीर रख के उहदे जन्म दिहाड़े ते कि उहदी बरसी दे उत्ते सौहां खा रहे हैं कि असीं बेअंत सिंह तेरी सोच ते पहरा देंगे ठोक के, ते जिहड़े बेअंत सिंह की सोच ने इन्हां नौजवानों के कतल कराए, सब कुछ खत्म किया, घर बार खत्म किए। अज दसो बीबी जी ने, मैं बेनती करांगी बीबी जी तुसी उदा बेशक खड़े हो जाते आजाद भावे लड़ लेंगे, पर लेकिन सरदार सुखपाल सिंह खहरा वर्गे जो कांग्रेस वाले वो लोग जिन्होंने तुहानू कुटाए है, जिन्होंने मरवाए है, उन्होंने सोच पिछे तुसी लग गए। सो मैं बेनती करांगी बीबी जी शायद ये उन्होंने ना पता हो कि ये की किरदार रहे है, ये किस पार्टी च रहा। तो अज जे वो बंदा जिस पार्टी नाल इहदे हथ मिले होण, जिस पार्टी को एम एल ए बनया होवे, जिस पार्टी चार बार चोणां लड़ियां होण, उस कांग्रेस पार्टी दे इस पिट्ठू दे कहण दे उत्ते जो चोण लड़न, मैं समझदी कि बीबी जी नूं थोड़ा सोचना पएगा। रजीत सिंह ब्रह्मपुरा दावा करदे वी मैं पिछली लोक सभा 1 लाख वोटां ते जित्तिया सी, ते पार्टी ने साडी सुनी नहीं, असीं वक्खरी पार्टी बनाई आ, ते साडा जन आधार बहुत आ माझे च, ते असीं जिहड़ा हैगा उम्मीदवार जिहड़े जित्त नहीं देणे। किस तरह मंदे उहनां दी चुनौती नूं बयान दे रहे हैगा? ਜਦੋਂ ਐਮ ਪੀ ਬਣੇ ਸੀ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਕਿਹੜੀ ਸੀ, ਕਿਹੜੀ ਪਾਰਟੀ ਵੱਲੋਂ ਬਣੇ ਸੀ ਔਰ ਕਿਹੜੇ ਚੋਣ ਨਿਸ਼ਾਨ 'ਤੇ ਲੜੇ ਸੀ। ਸਿਰਫ ਇੱਕੋ ਹੀ ਹੈ ਕਿ ਉਹ ਲੋਕ ਉਹਨਾਂ ਨੂੰ ਨਕਾਰ ਦਿੱਤਾ ਲੋਕਾਂ ਨੇ ਕਿ ਇਹਨਾਂ ਨੇ ਇੱਕ ਵੀ ਸਾਡੀ ਆਵਾਜ਼ ਤੱਕ ਨਹੀਂ ਉਠਾਈ, ਕੋਈ ਕੰਮ ਨਹੀਂ ਕੀਤਾ, ਕਿਸੇ ਦੁੱਖ ਸੁੱਖ 'ਚ ਨਹੀਂ ਆਏ, ਕੋਈ ਇੱਥੋਂ ਤੱਕ ਜਿਹੜੀਆਂ ਬੰਦੀਆਂ ਗਰੰਟਾਂ ਸੀ ਉਹ ਵੀ ਲੋਕਾਂ ਤੱਕ ਨਹੀਂ ਪਹੁੰਚੀਆਂ। ਅਤੇ ਜੇ ਅਸੀਂ ਜਿਤਾ ਤਾਂ ਅਸੀਂ ਪਾਰਟੀ ਦੇ ਉੱਤੇ, ਲੋਕ ਤਾਂ ਇਹ ਸੋਚਦੇ ਅਸੀਂ ਪਾਰਟੀ ਨੂੰ ਵੋਟਾਂ ਪਾਤੀਆਂ ਸੀਗੀਆਂ, ਪਰ ਜੇ ਇਹ ਨਹੀਂ ਕਾਮਯਾਬ ਹੋ ਸਕਿਆ ਤਾਂ ਅਸੀਂ ਇਹਨੂੰ ਕਿਉਂ ਚੱਲਾਂਗੇ ਜੀ? ਇਹ ਟਕਸਾਲੀ ਅਕਾਲੀ ਆਪਣੇ ਨੂੰ ਕਹਿੰਦੇ ਆ, ਟਕਸਾਲੀ ਹੁੰਦਾ ਹੈ ਜਿਹੜਾ ਮਰਦੇ ਦਮ ਤੱਕ ਆਪਣੀ ਪਾਰਟੀ ਨਾਲ ਨਾ ਟੁੱਟੇ, ਜਿਹੜਾ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਪਾਰਟੀ ਦੇ ਉੱਪਰ ਦੀਆਂ ਸਿਖਰਾਂ ਤੱਕ ਲੈ ਕੇ ਜਾਵੇ, ਸਰਕਾਰਾਂ ਤੱਕ ਲੈ ਕੇ ਜਾਵੇ। ਪਰ ਜਿਹੜੇ ਬੰਦੇ ਆਪ ਹੀ ਪਾਰਟੀ ਦੀ ਟਿਕਟਾਂ 'ਤੇ ਐਮ ਪੀ ਬਣੇ ਹੋਣ, ਸ਼੍ਰੋਮਣੀ ਅਕਾਲੀ ਦਲ ਟਿਕਟਾਂ 'ਤੇ ਮਨਿਸਟਰ ਬਣੇ ਹੋਣ, ਐਮ ਐਲ ਏ ਬਣੇ ਹੋਣ, ਸਰਦਾਰੀਆਂ ਭੋਗੀਆਂ ਹੋਣ, ਸਾਰੇ ਵਰਕਰਾਂ ਨੂੰ ਚੇਅਰਮੈਨ ਦਿੱਤੀਆਂ ਹੋਣ, ਅਤੇ ਉਹਦੇ ਤੁਸੀਂ ਦੇਖ ਹੀ ਲਿਆ ਕਿ ਉਹਦੇ ਭਤੀਜਿਆਂ, ਉਹਦੇ ਭਤੀਜੇ ਨੇ ਉਹਦੇ 4-5 ਹਜ਼ਾਰ ਦਾ ਇਕੱਠ ਕਰਕੇ ਲੋਕਾਂ ਨੇ ਕਿਹਾ ਵੀ ਉਹਨੇ ਗਲਤੀ ਕੀਤੀ ਹੈ, ਅਸੀਂ ਗਲਤੀ ਨਹੀਂ ਕਰਨੀ, ਅਸੀਂ ਹਮੇਸ਼ਾ ਅਕਾਲੀ ਦਲ ਜਿਤਾਉਂਦੇ ਹਾਂ, ਅਕਾਲੀ ਦਲ ਜਿਤਾਵਾਂਗੇ। ਸਾਡਾ ਕੋਈ ਮਕਸਦ ਨਹੀਂ ਕਿ ਇੱਥੇ ਟਕਸਾਲੀ ਕੋਈ ਬਣ ਜਾਵੇ, ਕੋਈ ਜੋ ਉਹਦੇ ਨਾਂ ਰੱਖਿਆ ਨਾ ਟਕਸਾਲੀ ਅਕਾਲੀ, ਪਰ ਲੋਕ ਤਾਂ ਸਮਝਦੇ ਉਹਦੇ ਆਜ਼ਾਦ ਹੀ ਹੈ ਅਜੇ ਤੱਕ, ਕਿੱਥੇ ਟਕਸਾਲੀ ਅਕਾਲੀ, ਅਜੇ ਪਾਰਟੀ ਕਿੱਥੇ ਹੈ ਜੀ? ਹੋਂਦ ਵਿੱਚ ਕਿੱਥੇ ਆਈ ਹੈ ਜੀ? ਨਾ ਉਹਦੀ ਕੋਈ ਹੋਂਦ ਹੈ, 3 ਬੰਦੇ ਹੈ ਉਹੀ, ਭਾਵੇਂ ਉੱਧਰ ਨੂੰ ਤੁਰ, ਆਪ ਕਿਉਂ ਨਹੀਂ ਖੜੇ ਹੁੰਦੇ? ਚਲੋ ਜੇ ਮੰਨ ਲਓ ਉਹਨਾਂ ਦਾ ਆਧਾਰ ਬੜਾ ਸੀ ਤਾਂ ਸਰਦਾਰ ਬ੍ਰਹਮਪੁਰਾ ਸਾਹਿਬ ਨੂੰ ਆਪ ਖੜੇ ਹੋਣਾ ਚਾਹੀਦਾ ਸੀ। ਉਹ ਜੇ ਸਿੰਘ ਨੂੰ ਕਿਉਂ ਲਏ ਉਹ ਵਿਚਾਰੇ ਨੂੰ? ਚਲੋ ਸਤਿਕਾਰ ਕਰਦੀ ਮੈਂ ਉਹਨਾਂ ਦਾ ਕਿਉਂਕਿ ਜਰਨੈਲ ਰਹੇ ਨੇ ਫੌਜ ਦੇ ਵਿੱਚ, ਉਹਨਾਂ ਨੇ ਫੌਜਾਂ ਨੂੰ ਚੰਗੇ ਕੰਮ ਕੀਤੇ ਹੋਣਗੇ, ਸਭ ਕੁਝ ਕੀਤਾ ਹੋਊਗਾ, ਪਰ ਇੱਕ ਅਫਸਰੀ ਕਰ ਲੈਣੀ ਜਾਂ ਜਰਨੈਲ ਬਣ ਕੇ ਉੱਥੇ ਫੌਜਾਂ ਚਲਾਉਣੀਆਂ ਉਹ ਅਲੱਗ ਚੀਜ਼ ਹੈ, ਪਰ ਲੋਕਾਂ ਦੇ ਵਿੱਚ ਵਿਚਰ ਕੇ, ਲੋਕਾਂ ਦੇ ਘਰਾਂ ਤੱਕ ਜਾ ਕੇ, ਲੋਕਾਂ ਐਨ ਥੱਲੇ ਪੱਧਰ ਤੱਕ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਬੜੀ ਔਖੀ ਹੁੰਦੀ ਹੈ। ਉਹ ਲੋਕ ਉਹਨੂੰ ਵੋਟ ਪਾਉਂਦੇ ਆ ਜਿਹੜਾ ਲੋਕਾਂ ਨੇ ਪਰਖਿਆ ਹੋਵੇ। ਬੀਬੀ ਜੀ, ਪਿਛਲੀ ਸਰਕਾਰ ਜਾਣ ਦਾ ਕਾਰਨ ਲੋਕ ਮੰਨਦੇ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ, ਬਰਗਾੜੀ ਬੜਾ ਵੱਡਾ ਮੋਰਚਾ ਲੱਗਾ ਰਿਹਾ ਉਹਦੇ ਲਈ, ਇਨਸਾਫ ਲਈ, ਅਤੇ ਦੋਸ਼ ਲੱਗਦਾ ਰਿਹਾ ਅਕਾਲੀ ਦਲ 'ਤੇ ਵੀ ਇਹ ਸ਼ਮੂਲੀਅਤ ਇਹਨਾਂ ਦੀ ਰਹੀ ਆ। ਬ੍ਰਹਮਪੁਰਾ ਸਾਹਿਬ ਨੇ ਵੀ ਅਸਤੀਫਾ ਇਸੇ ਕਾਰਨ ਦਿੱਤਾ ਵੀ ਸਾਡੀ ਸੁਣੀ ਨਹੀਂ ਗਈ ਉਸ ਮਾਮਲੇ ਨੂੰ ਲੈ ਕੇ, ਪਰ ਹੁਣ ਬਰਗਾੜੀ ਮੋਰਚੇ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਆ ਮੈਦਾਨ 'ਚ। ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਚੋਣ ਨਾਲ ਹੀ ਸਭ ਕੁਝ ਕੀਤਾ ਜਾ ਰਿਹਾ ਸੀ ਮੋਰਚਾ, ਜਾਂ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜਿਹੜਾ ਹੈਗਾ ਵਾ ਇਨਸਾਫ ਲੈਣ ਲਈ ਚੱਲ ਰਿਹਾ ਸੀ? ਦੇਖੋ, ਇਹ ਜਿਹੜਾ ਸਾਰਾ ਕੁਝ ਸੀ ਪਹਿਲਾਂ ਪੋਲੀਟੀਕਲੀ ਡਰਾਮਾ ਕੀਤਾ ਗਿਆ ਸੀ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਕਿਉਂਕਿ ਲੋਕਾਂ ਦੀ ਆਸਥਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੈ ਔਰ ਜੁੜਨੀ ਵੀ ਚਾਹੀਦੀ ਹੈ। ਗੁਰੂ ਨਾਨਕ ਨਾਮ ਲੈਵਾ ਸੰਗਤ ਮਹਿਸੂਸ ਕਰਦੀ ਸੀ ਸਾਰੀ ਵੀ ਜੋ ਕੁਝ ਵੀ ਹੋਇਆ ਬਹੁਤ ਗਲਤ ਹੋਇਆ, ਬਹੁਤ ਮਾੜਾ ਹੋਇਆ, ਸਭ ਨਾਲ ਪੀੜਾ ਹੋਈ, ਸਾਨੂੰ ਵੀ ਦੁੱਖ ਹੋਇਆ, ਤਕਲੀਫ ਹੋਈ, ਹਰ ਹਰ ਹਿਰਦੇ ਨੂੰ ਤਕਲੀਫ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਉਹਨੂੰ ਰੰਗ ਕੀ ਦਿੱਤਾ ਗਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੀ ਕਸੂਰ ਹੈ, ਸ਼੍ਰੋਮਣੀ ਅਕਾਲੀ ਦਲ ਦਾ ਹੀ ਕਸੂਰ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜੀ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਚੱਲਦੀ ਰਹੀ ਹੈ, ਕੋਈ ਆਸ ਹੀ ਨਹੀਂ ਕਰ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਜਿਹੜਾ ਇਹੋ ਜਿਹੀ ਗਲਤੀ ਕਰ ਸਕਦਾ।
ਇਹ ਜਿਹੜੇ ਉਦੋਂ ਆਮ ਆਦਮੀ ਪਾਰਟੀ ਵਾਲੇ ਬੜੇ, ਜਿਉਂ ਹੀ ਇਹ ਬੜੇ ਪੰਜਾਬ ਦੀ ਧਰਤੀ 'ਤੇ ਉਦੋਂ ਹੀ ਸ਼ੁਰੂ ਹੋ ਗਿਆ, ਉਦੋਂ ਹੀ ਸ਼ੁਰੂ ਹੋ ਗਿਆ। ਕਿਹਨੇ ਕੀਤਾ, ਕਿਹਨੇ ਕਰਾਇਆ, ਇਹ ਜਾਂਚ ਦਾ ਵਿਸ਼ਾ, ਔਰ ਉਹ ਚੱਲਦੀ ਪਈ ਹੈ, ਇੱਥੋਂ ਤੱਕ CBI ਜਾਂਚ ਕਰ ਰਹੀ ਹੈ। ਜਿਹੜਾ ਇਹਨਾਂ ਨੇ ਬਰਗਾੜੀ ਵਾਲੀ ਗੱਲ ਕੀਤੀ ਹੈ, ਉਹ ਸਾਰੇ ਲੋਕਾਂ ਦੇ ਸਾਹਮਣੇ ਆ ਗਈ, ਉਹ ਇੱਕ ਡਰਾਮਾ ਕੀਤਾ। ਉਦੋਂ ਪ੍ਰਚਾਰ, ਕੂਟ ਪ੍ਰਚਾਰ ਇਹ ਕਰਤਾ ਜੀ, ਸਾਰੇ ਪਾਸੇ ਨਸ਼ੇ, ਪੰਜਾਬ 70% ਨਸ਼ਿਆਂ ਨਾਲ ਗ੍ਰਸਿਆ ਗਿਆ ਜੀ, ਨੌਜਵਾਨੀ ਖਤਮ ਹੋ ਗਈ ਜੀ। ਜਿਹੜੇ ਬਾਹਰ ਸਾਡੇ ਬੈਠੇ ਬੱਚੇ ਸੀਗੇ, ਜਿਹੜੇ ਵਿਚਾਰੇ ਕਦੀ ਇੱਥੇ ਆਏ ਵੀ ਨਹੀਂ, ਕਈ ਹਿੰਦੁਸਤਾਨ 'ਚ ਹੀ ਨਹੀਂ ਆਏ, ਕਈ ਉੱਥੇ ਜੰਮੇ ਪਲੇ, ਉਹਨੂੰ ਪਤਾ ਹੀ ਨਹੀਂ ਸੀ। ਉਹਨਾਂ ਸੋਚਿਆ ਹੈ ਪੰਜਾਬ 'ਤੇ ਐਡਾ ਮਹਾਨ ਸੀ, ਪੰਜਾਬ 'ਤੇ ਇਤਿਹਾਸ ਬੜਾ ਮਹਾਨ ਸੀ, ਪੰਜਾਬ 'ਤੇ ਗੁਰੂਆਂ ਪੀਰਾਂ ਦੀ ਧਰਤੀ ਹੈ, ਉੱਥੇ ਨਸ਼ਿਆਂ ਦੀ ਦਰਿਆ ਚੱਲ ਪਏ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਲੋਕਾਂ ਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਗਈ। ਔਰ ਉਹ ਪ੍ਰਚਾਰ ਜਿਹੜਾ ਸੀਗਾ, ਇੰਨਾ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਹੋਇਆ, ਇੱਥੋਂ ਦੇ ਪੰਜਾਬ ਦੇ ਲੋਕ ਤਾਂ ਸ਼ਾਇਦ ਭਾਵੇਂ ਇੰਨੇ ਦੁਖੀ ਨਾ ਹੁੰਦੇ, ਪਰ ਜਿਹੜਾ ਉਹਦਾ ਕੂੜ ਪ੍ਰਚਾਰ ਨਾ, ਕਹਿੰਦੇ ਕੋਈ ਲੇਲਾ ਲੈ ਕੇ ਜਾ ਰਿਹਾ ਸੀਗਾ, ਅਤੇ ਉਹਨੂੰ ਜਿਹੜਾ ਕੋਈ ਰਸਤੇ ਮਿਲਿਆ, ਯਾਰ ਕੁੱਤਾ ਕਿੱਥੇ ਲੈ ਕੇ ਜਾ ਰਿਹਾ, ਕੁੱਤਾ ਕਿੱਥੇ ਲੈ ਕੇ ਜਾ ਰਿਹਾ। 10-15 ਨੇ ਕਹਿ ਦਿੱਤਾ, ਉਹਨੇ ਸੋਚਿਆ ਖੇਰ ਸੱਚੀ ਵਿੱਚ ਕੁੱਤਾ ਨੇ ਉਹਨੂੰ ਛੱਡ ਦਿੱਤਾ। ਸੋ ਇਸੇ ਤਰ੍ਹਾਂ ਲੋਕਾਂ ਦੇ ਦਿਮਾਗ 'ਚ ਗੱਲ ਪਾ ਦਿੱਤੀ ਗਈ, ਵਾਰ ਵਾਰ ਜਿਹੜੀ ਗੱਲ ਕਹੀਏ ਨਾ, ਉਹ ਲੋਕਾਂ ਦੇ ਦਿਮਾਗ 'ਚ ਪੈ ਜਾਂਦੀ। ਉਹ ਇੰਨਾ ਪ੍ਰਚਾਰ ਨਵਾਂ ਨਵਾਂ ਸੋਸ਼ਲ ਮੀਡੀਆ ਚੱਲਿਆ ਸੀਗਾ, ਸਾਡੇ ਵਰਗਿਆਂ 'ਤੇ ਪਤਾ ਹੀ ਨਹੀਂ ਸੀ ਵੀ ਇੰਨਾ ਪ੍ਰਚਾਰ ਗਲਤ ਹੋ ਜਾਏਗਾ। ਉਹਨਾਂ ਨੇ ਤਿਆਰੀ ਰਾਤੋਂ ਰਾਤ ਹੀ ਸਾਰਾ ਕੁਝ ਕਰ ਦਿੱਤਾ, ਇਹਦਾ ਮਤਲਬ ਪੂਰੀ ਪਲੈਨ ਸੀ ਉਹਨਾਂ ਦੀ। ਨਹੀਂ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਰਾਤੋਂ ਰਾਤ ਸਾਰੀਆਂ ਸੜਕਾਂ ਜਾਮ ਕਰ ਦੇਣੀਆਂ, ਸਾਰੇ ਪੁਲ ਜਾਮ ਕਰ ਦੇਣੇ, ਇਹ ਉਨੀ ਚਿਰ ਨਹੀਂ ਹੋ ਸਕਦੇ ਜਿੰਨੇ ਚਿਰ ਪਹਿਲਾਂ ਪਲੈਨਿੰਗ ਨਾ ਹੋਵੇ। ਇਟ ਮੀਨਸ ਕਿ ਜਿਹੜੇ ਕਰਾਉਣ ਵਾਲੇ ਇਹਨਾਂ ਵਿੱਚੋਂ ਸੀ, ਜਿਨ੍ਹਾਂ ਨੇ ਸਾਰੀ ਪਲੈਨਿੰਗ ਬਣਵਾਤੀ ਸੀ। ਸੋ ਇਹ ਦਰਦ ਸਾਰਿਆਂ ਨੂੰ ਹੀ ਹੈ, ਪੀੜਾ ਸਾਰਿਆਂ ਨੂੰ ਹੀ। ਪਰ ਬ੍ਰਹਮਪੁਰ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹ ਕਹਿੰਦੇ ਤਾਂ ਛੱਡਿਆ, ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਕਦੀ ਕਿ ਬ੍ਰਹਮਪੁਰ ਸਾਹਿਬ ਜਦੋਂ ਇਹ ਹੋਇਆ ਸੀ ਕਾਂਡ, ਅਤੇ ਉਦੋਂ ਸਿੱਕੀ ਨੇ, ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀਗਾ। ਉਹਨੇ ਅਸਤੀਫਾ ਦੇ ਦਿੱਤੀ, ਚਲੋ ਉਹਨੇ ਵੀ ਡਰਾਮਾ ਹੀ ਕੀਤਾ ਸੀਗਾ, ਮੁੜ ਕੇ ਫਿਰ ਚੋਣ ਲੜ ਲਈ, ਉਹਨੇ ਅਸਤੀਫਾ ਦਿੱਤਾ, ਅਤੇ ਤੂੰ ਉਸ ਵੇਲੇ 22 ਇਲੈਕਸ਼ਨ ਆਪਣੇ ਲੜਕੇ ਨੂੰ ਲੜਾਈ, ਰਵਿੰਦਰ ਸਿੰਘ ਨੂੰ, ਉਹਨੂੰ ਲੜਾਈ, 67,000 ਵੋਟ 'ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ 'ਤੇ ਜਿੱਤਿਆ। ਜੇ ਲੋਕਾਂ ਦੇ ਮਨ 'ਚ ਇਹ ਗੱਲ ਹੁੰਦੀ ਬੇਅਦਬੀ ਵਾਲੀ, ਜੇ ਗੁਰੂ ਗ੍ਰੰਥ ਸਾਹਿਬ ਦਾ ਇਹ ਬੇਅਦਬੀ ਦਾ ਕਾਂਡ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲੱਗਦਾ, ਤਾਂ ਲੋਕ ਫਿਰ ਰਵਿੰਦਰ ਸਿੰਘ ਵੋਟ ਕਿਉਂ ਪਾਉਂਦੇ, 67,000 'ਤੇ ਕਿਉਂ ਜਿੱਤਦਾ, ਜਿੱਤਿਆ ਕਿ ਨਹੀਂ ਉਦੋਂ, ਤਾਜ਼ਾ। ਅਤੇ ਉਹ ਤੋਂ ਬਾਅਦ ਉਦੋਂ ਕਹਿੰਦਾ ਸੀ ਸ਼੍ਰੋਮਣੀ ਅਕਾਲੀ ਦਲ ਬੜੀ ਮਹਾਨ ਪਾਰਟੀ ਹੈ, ਕੁਰਬਾਨੀਆਂ 'ਚੋਂ ਨਿਕਲੀ ਪਾਰਟੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਪ੍ਰਧਾਨ ਕੋਈ ਨਹੀਂ ਹੋ ਸਕਦਾ, ਇਹਦੀ ਦੂਰਅੰਦੇਸ਼ੀ ਬੜੀ ਹੈ, ਇਹਦੀ ਡਿਵੈਲਪਮੈਂਟ ਦੀ ਸੋਚ ਬੜੀ ਹੈ, ਇਹਦੀ ਸਾਰਾ ਕੁਝ ਕਹਿਤਾ। ਲੇਕਿਨ ਜਦੋਂ 67,000 ਦੇ ਉੱਤੇ ਜਿੱਤ ਕੇ ਉਹ ਨਿਕਲਿਆ, ਉਦੋਂ ਤਾਂ ਸੋਲੇ ਗਾਏ, ਅਤੇ ਜਦੋਂ ਦੂਜੀ ਵਾਰੀ 6 ਸਾਲ ਬਾਅਦ ਚੋਣ ਆ ਗਈ, ਅਤੇ ਉਹ ਜਿਹੜੀ ਚੋਣ ਸੀਗੀ ਉਹਦੇ 'ਚ 67,000 ਉਹ ਵੀ ਗਈ, 15,000 ਦੇ ਥੱਲੇ ਹਾਰ ਗਿਆ। ਇਟ ਮੀਨਸ ਉਦੋਂ 82,000 ਦਾ ਫਰਕ ਪੈ ਗਿਆ, ਉਦੋਂ ਤਾਂ ਫਿਰ ਆਪਣੇ ਬਲ ਬੂਤੇ ਦਲ ਨੇ ਚੜੀ ਸੀ ਨਾ। ਇਹ ਨਹੀਂ ਮਤਲਬ ਕਿ ਜੇ ਅੱਜ ਬ੍ਰਹਮਪੁਰ ਸਾਹਿਬ ਗਏ ਆ ਕਿਸੇ ਲਾਲਚ ਪਿੱਛੇ ਗਏ ਆ, ਔਰ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਕੋਈ ਨਾ ਕੋਈ ਗੁੰਮਰਾਹ ਕਰਕੇ ਆਪਣੇ ਨਾਲ ਜੋੜਿਆ, ਔਰ ਉਹਨੇ ਨੇ ਇਹਨਾਂ ਨੂੰ ਕੋਈ ਲਾਲਚ ਦਿੱਤੇ ਹੋਏ ਆ ਤਾਂ ਜੋ ਇਹ ਵੱਖਰੇ ਹੋਣ, ਅਤੇ ਅਸੀਂ ਇਹਨਾਂ ਦੀ ਪਿੱਠ ਥਾਪੀਏ ਅਤੇ ਉਹ ਮੋਜਾ ਕਰਨ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਇਹ ਗੱਲਾਂ ਜਿਹੜੀਆਂ ਐਵੇਂ ਲੋਕਾਂ ਨੇ ਜਿਹੜੀਆਂ ਬਣਾਈਆਂ ਨੇ, ਲੋਕ ਹੁਣ ਸਮਝਦੇ ਆ, ਬਰਗਾੜੀ ਮੋਰਚਾ ਆਪੇ ਲਵਾਤਾ ਅਤੇ ਆਪੇ ਹਟਾ ਦਿੱਤਾ, ਆਪੇ ਚੁਕਾ ਦਿੱਤਾ। ਲੋਕ ਸਮਝ ਗਏ ਆ ਕਿ ਇਹ ਕਾਂਗਰਸ ਦੇ ਪਿੱਠੂ ਨੇ, ਇਹ ਕਾਂਗਰਸ ਦੇ ਇੱਕ ਟੀਮ ਬਣ ਕੇ ਕੰਮ ਕਰ ਰਹੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਨੂੰ ਖੋਰਾ ਲਾ ਸਕੇ। ਪਰ ਲੋਕ ਸੁਚੇਤ ਨੇ, ਲੋਕ ਸੂਝਵਾਨ ਹੈ, ਲੋਕ ਇਸ ਵੇਲੇ ਜਾਗਰੂਕ ਹੋ ਗਏ ਹੈ, ਲੋਕਾਂ ਨੇ ਇਸੇ ਕਰਕੇ ਤਾਂ ਅੱਜ ਹਿੰਮਤ ਨਹੀਂ ਪੈ ਰਹੀ ਕਿਸੇ ਦੀ ਛੇਤੀ ਕਿਤੇ ਕੈਂਡੀਡੇਟ ਕੋਈ ਖਲੋਣ ਦੀ। ਸੋ ਮੈਂ ਸਮਝਦੀ ਹਾਂ ਕਿ ਕੋਈ ਫਰਕ ਨਹੀਂ, ਲੋਕਾਂ ਦਾ ਮਨਾਂ 'ਚੋਂ ਸਭ ਵਾਸ਼ ਆਊਟ ਹੋ ਗਿਆ ਕਿ ਇਹ ਸਭ ਇੱਕ ਡਰਾਮਾ ਸੀਗਾ, ਕਾਂਗਰਸ ਦੀ ਇੱਕ ਦੇਣ ਸੀ, ਕਾਂਗਰਸ ਦੀ ਇੱਕ ਚਾਲ ਸੀ। ਉਹੀ ਸੁਖਪਾਲ ਸਿੰਘ ਖਹਿਰਾ ਉੱਥੇ ਜਾ ਕੇ ਬਰਗਾੜੀ ਵਿੱਚ ਬੜੇ ਟਾਰਾਂ ਮਾਰਦਾ ਸੀਗਾ, ਹੁਣ ਕਹਿੰਦਾ ਮੇਰਾ ਉਹਨਾਂ ਨਾਲ ਸੰਬੰਧ ਹੀ ਕੋਈ ਨਹੀਂ। ਅੱਜ ਇਹ ਸਾਰੇ ਚੋਣਾਂ ਲੜਨ ਲੱਗ ਪਏ, ਕਦੀ ਕਹਿੰਦੇ ਅਸੀਂ ਕਬਜ਼ਾ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਉੱਤੇ, ਕਦੀ ਕਹਿੰਦੇ ਅਸੀਂ ਚੋਣਾਂ ਲੜਾਂਗੇ, ਪਹਿਲਾਂ ਕਹਿੰਦੇ ਅਸੀਂ ਸ਼੍ਰੋਮਣੀ ਕਮੇਟੀ ਧਾਰਮਿਕ ਹੈ, ਅਸੀਂ ਤਾਂ ਅਸੀਂ ਕਬਜ਼ਾ ਉੱਥੇ ਕਿਸੇ ਨੂੰ ਸਿਆਸੀ ਕੰਮ ਨਹੀਂ ਕਰਨ ਦੇਣਾ, ਅਤੇ ਅੱਜ ਫਿਰ ਸਾਰੇ ਉੱਥੇ ਪਾਸੇ ਤੁਰ ਪਏ। ਸੋ ਮੈਂ ਸਮਝਦੀ ਹਾਂ ਕਿ ਲੋਕ ਅੱਜ ਕੱਲ੍ਹ ਬੜੇ ਸੂਝਵਾਨ ਹੈ, ਸਿਆਣੇ ਹੈ, ਹਰ ਗੱਲ ਨੂੰ ਸਮਝਦੇ ਹੈ ਕਿ ਅਸੀਂ ਵਿਕਾਸ ਚਾਹੀਦਾ, ਸਾਨੂੰ ਸ਼ਾਂਤੀ ਚਾਹੀਦੀ ਹੈ, ਪੰਜਾਬ 'ਚ ਖੁਸ਼ਹਾਲੀ ਚਾਹੀਦੀ ਹੈ, ਪੰਜਾਬ ਤਰੱਕੀਆਂ ਕਰੇ, ਪੰਜਾਬ 'ਚ ਐਡਮਿਨਿਸਟ੍ਰੇਸ਼ਨ ਚੰਗੀ ਹੋਵੇ, ਲਾਅ ਐਂਡ ਆਰਡਰ ਮੇਨਟੇਨ ਹੋਵੇ, ਸਾਰਾ ਕੁਝ ਫਿਰ ਅੱਜ ਸਰਕਾਰ ਦਾ ਨਜ਼ਰ ਆ ਰਿਹਾ। ਲੋਕ ਵੋਟ ਚਲੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣਗੇ। ਸਾਡੇ ਨਾਲ ਮੌਜੂਦ ਹਨ ਬੀਬੀ ਜਗੀਰ ਕੌਰ ਜੀ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ, ਜੋ ਅਕਾਲੀ ਦਲ ਦੇ ਉਮੀਦਵਾਰ ਹਨ। ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਪੂਰੇ ਆਪਣੇ ਵਿਚਾਰ ਦੱਸੇ, ਪਾਰਟੀ ਦਾ ਏਜੰਡਾ ਦੱਸਿਆ, ਔਰ ਬਰਗਾੜੀ ਮੋਰਚੇ ਤੋਂ ਲੈ ਕੇ ਅਕਾਲੀ ਦਲ ਟਕਸਾਲੀ ਸੰਬੰਧੀ ਜੋ ਵਿਚਾਰ ਉਹਨਾਂ ਦੇ ਹਨ, ਔਰ ਜੋ ਇਸ ਵੇਲੇ ਸਥਿਤੀ ਚੱਲ ਰਹੀ ਹੈ ਉਸ ਸੰਬੰਧੀ ਗੱਲਬਾਤ ਕੀਤੀ। ਅਜੀਤ ਵੈਬ ਟੀਵੀ ਰਾਹੀਂ ਤੁਹਾਨੂੰ ਹੋਰ ਨਵੀਂ ਜਾਣਕਾਰੀ ਔਰ ਚੋਣਾਂ ਸੰਬੰਧੀ ਜਾਣੂ ਕਰਵਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।